ਦਿਨ ਦੀਵੀ ਗਾਸ਼ ਖਾ ਕੇ ਡਿੱਗਿਆ ਪਿੰਡ ਡਲ ਦੇ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਨਾਲ ਮਿਲੀ ਅੱਧਾ ਕਿਲੋ ਦੇ ਕਰੀਬ ਹੈਰੋਇਨ। ਤਰਨ ਤਾਰਨ ਦੇ ਸਰਹੱਦੀ ਪਿੰਡ ਡਲ ਦੇ ਖੇਤਾਂ ਵਿੱਚ ਗਾਸ਼ ਖਾ ਕੇ ਡਿੱਗਿਆ ਪਾਕਿਸਤਾਨੀ ਡਰੋਨ। ਸੂਤਰਾਂ ਮੁਤਾਬਕ ਡਰੋਨ ਨਾਲ ਅੱਧਾ ਕਿਲੋ ਦੇ ਕਰੀਬ ਹੈਰੋਇਨ ਵੀ ਮਿਲੀ ਹੈ। BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਕਾਰਵਾਈ ਕਰਦੇ ਹੋਏ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਅਨੁਸਾਰ ਇਸ ਕਾਰਵਾਈ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋ ਸਕਦੀ ਹੈ। ਉਹੀ ਹੋਇਆ ਜਦੋਂ ਖੇਤਾਂ ਵਿੱਚ ਇਹ ਡਰੋਨ ਮਿਲਿਆ ਜਿਸ ਦੇ ਨਾਲ ਇੱਕ ਪੈਕਟ ਬਰਾਮਦ ਕੀਤਾ ਗਿਆ ਜੋ ਚੈੱਕ ਕਰਨ ਤੇ ਹੈਰੋਇਨ ਨਿਕਲੀ, ਜਿਸ ਨੂੰ ਪੁਲਿਸ ਅਤੇ BSF ਵੱਲੋਂ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਇਹ ਸਰਚ ਠੋਕਰ ਨਜ਼ਦੀਕ ਪੁਲ ਤੇ ਹੋਈ ਜਿਸ ਤੇ ਪੰਜਾਬ ਪੁਲਿਸ ਅਤੇ BSF ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਅੰਦਰ ਸਰਹੱਦ ਦੇ ਨਜ਼ਦੀਕ ਲਗਾਤਾਰ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਅੰਦਰ ਡਰੋਨ ਅਤੇ ਹੈਰੋਇਨ ਭੇਜੀ ਜਾ ਰਹੀ ਹੈ, ਜਿਸ ਨੂੰ BSF ਅਤੇ ਪੰਜਾਬ ਪੁਲਿਸ ਵੱਲੋਂ ਪੂਰੀ ਚੁਕੰਨੇ ਹੋ ਕੇ ਇਸ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਹੋ ਜਿਹੇ ਨਸ਼ੀਲੇ ਪਦਾਰਥਾਂ ਦੀਆਂ ਲਗਾਤਾਰ ਬਰਾਮਦੀਆਂ ਹੋ ਰਹੀਆਂ ਹਨ। ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ, ਕੈਮਰਾਮੈਨ ਦਾਰਾ ਡੱਲ।